ਸਤਿ ਸ਼੍ਰੀ ਅਕਾਲ ਪੰਜਾਬ ਸਿੰਘ ਦੇ ਚੈਨਲ 'ਤੇ ਇੱਕ ਵਾਰ ਫਿਰ ਤੋਂ ਤੁਹਾਡਾ ਜੀ ਆਇਆਂ ਨੂੰ ਜੀ। ਅੱਜ ਦੀ ਵੀਡੀਓ ਨਿੱਕੀ ਜਿਹੀ ਵੀਡੀਓ, ਦੋ ਤਿੰਨ ਮਿੰਟ ਲਵਾਂਗੇ ਤੁਹਾਡੇ ਨਾਨਕ ਸਾਹਿਬ ਨਾਲ ਸੰਬੰਧਿਤ ਜਿਹੜੇ ਕੁਝ ਅਜਿਹੇ ਪ੍ਰਸ਼ਨ ਨੇ ਜਿਹੜੇ ਤੁਸੀਂ ਬਹੁਤ ਘੱਟ ਪੜ੍ਹੇ ਹੋਣਗੇ, ਜਿਹੜੇ ਕਿ ਇਮਤਿਹਾਨ ਦੇ ਵਿੱਚ ਆ ਸਕਦੇ ਆ। ਵੀਡੀਓ ਨੂੰ ਧਿਆਨ ਨਾਲ ਸੁਣਿਓ ਅਤੇ ਸਮਝਿਓ, ਅਤੇ ਤੁਸੀਂ ਲਿਖ ਕੇ ਰੱਖ ਸਕਦੇ ਹੋ। ਅਤੇ ਜੇ ਢੰਗ ਵਧੀਆ ਲੱਗਿਆ ਤੁਹਾਨੂੰ, ਕੁਝ ਨਵਾਂ ਲੈ ਕੇ ਆਵਾਂਗੇ, ਚਾਹੇ ਥੋੜ੍ਹਾ ਲੈ ਕੇ ਆਈਏ, ਤਾਂ ਸਾਰੇ ਗੁਰੂ ਸਾਹਿਬਾਨ ਬਾਰੇ, ਕਿੱਸਾ ਕਾਵਿ ਬਾਰੇ, ਵੀਰ ਕਾਵਿ ਬਾਰੇ ਆਪਾਂ ਲੈ ਕੇ ਆਵਾਂਗੇ ਇਸ ਤਰੀਕੇ ਨਾਲ, ਜਿਹੜੀਆਂ ਕਿ ਖਾਸ ਗੱਲਾਂ ਨੇ ਕੁਝ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ, ਪਹਿਲਾ ਪ੍ਰਸ਼ਨ ਜਿਹੜਾ ਸਾਡੇ ਕੋਲ ਬਣਦਾ ਗਾ ਕਿ ਨਾਨਕ ਸਾਹਿਬ ਦੀ ਕਿਹੜੀ ਬਾਣੀ ਆ ਜਿਹੜੀ ਕਿ ਪੰਜਾਬੀ ਦੇ ਵਿੱਚ ਮਿਲਦੀ ਹੈ ਜੀ। ਦੇਖੋ, ਹੁਣ ਇੱਥੇ ਉਲਝਣਾ ਨਹੀਂ ਹੈਗਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਪੰਜਾਬੀ 'ਚ ਜਿਹੜੀਆਂ ਰਚਨਾਵਾਂ 'ਤੇ ਪੰਜਾਬੀ ਦਾ ਪ੍ਰਭਾਵ ਜ਼ਿਆਦਾ ਆ, ਮਤਲਬ ਪੰਜਾਬੀ ਦਾ ਅੱਜ ਕੱਲ੍ਹ ਦੀ ਪੰਜਾਬੀ ਨਾਲ ਮਿਲਦੀ ਆ ਜਾਂ ਸੌਖੀ ਸਮਝ ਆਉਂਦੀ ਹੈ, ਆਪਾਂ ਇਹ ਕਹਿ ਸਕਦੇ ਹਾਂ ਹੁਣ ਦੇ ਹਿਸਾਬ ਨਾਲ, ਪਰ ਪੰਜਾਬੀ ਲਿਖਿਆ ਹੋ ਸਕਦਾ ਗਾ। ਅਤੇ ਉਹ ਆ ਸਾਡੇ ਕੋਲ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਆ, ਜਿਹਦੇ ਵਿੱਚ ਪੰਜਾਬੀ ਦੇ ਵਿੱਚ ਜਪੁ ਜੀ, ਵਾਰਾਮਾਹ, ਰਾਗ ਤੁਖਾਰੀ ਅਤੇ ਆਸਾ ਦੀ ਵਾਰ। ਇੱਥੇ ਪ੍ਰਸ਼ਨ ਇੱਕ ਹੋਰ ਵੀ ਬਣ ਜਾਂਦਾ ਕਿ ਵਾਰਾਮਾਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਕਿਹੜੇ ਰਾਗ ਦੇ ਵਿੱਚ ਆ, ਤਾਂ ਤੁਸੀਂ ਦੱਸ ਦੇਣਾ ਜੀ ਰਾਗ ਤੁਖਾਰੀ ਦੇ ਵਿੱਚ। ਆਪਣੀਆਂ ਪਹਿਲਾਂ ਵੀਡੀਓ ਪਾਈਆਂ ਹੋਈਆਂ ਨੇ ਗੁਰਮਤਿ ਕਾਵਿ ਬਾਰੇ, ਤੁਸੀਂ ਉਹ ਦੇਖ ਸਕਦੇ ਹੋ ਵੀਡੀਓ। ਅਤੇ ਅਗਲਾ ਪ੍ਰਸ਼ਨ ਆਪਣੇ ਕੋਲ ਬਣਦਾ ਜੀ, ਨਾਨਕ ਸਾਹਿਬ ਦੇ ਅੰਤਮ ਸਮੇਂ ਨਾਲ ਸੰਬੰਧਿਤ, ਉਹਨਾਂ ਦੇ ਆਖਰੀ ਸਮੇਂ ਨਾਲ ਸੰਬੰਧਿਤ ਕਿਹੜੀ ਬਾਣੀ ਨੂੰ ਮੰਨਿਆ ਜਾਂਦਾ, ਵੀ ਉਹਨਾਂ ਨੇ ਕਿਹੜੀ ਬਾਣੀ ਰਚੀ ਆਪਣੇ ਅੰਤਮ ਸਮੇਂ ਦੇ ਵਿੱਚ। ਅਤੇ ਕਾਫੀ ਜਗ੍ਹਾ 'ਤੇ ਪੜ੍ਹਿਆ, ਇੱਧਰ ਉੱਧਰ ਹੋ ਸਕਦਾ ਗਾ, ਤੁਸੀਂ ਧਿਆਨ 'ਚ ਰੱਖਣਾ ਇਹ ਗੱਲ ਨੂੰ। ਅਤੇ ਗੁਰੂ ਨਾਨਕ ਸਾਹਿਬ ਦੇ ਅੰਤਮ ਸਮੇਂ ਨਾਲ ਜਪਜੀ ਸਿੱਧ ਗੋਸ਼ਟ ਅਤੇ ਵਾਰਾਮਾਹਾਂ, ਜਪਜੀ ਸਿੱਧ ਗੋਸ਼ਟ ਅਤੇ ਵਾਰਾਮਾਹਾਂ ਨੂੰ ਮੰਨਿਆ ਜਾਂਦਾ ਗਾ। ਅਤੇ ਤੁਸੀਂ ਇਹ ਦੋ ਤਿੰਨ ਗੱਲਾਂ ਲਿਖ ਕੇ ਰੱਖ ਸਕਦੇ ਹੋ। ਅਗਲਾ ਦੇਖਦੇ ਹਾਂ ਜੀ ਆਪਾਂ, ਨਾਨਕ ਸਾਹਿਬ ਦਾ ਇੱਕ ਸ਼ਬਦ, ਇੱਕ ਵੀ ਯਾਦ ਰੱਖਣਾ ਕਿ ਇੱਕ ਸ਼ਬਦ ਆ ਜਿਹੜਾ ਫਾਰਸੀ ਵਿੱਚ ਵੀ ਆ। ਹੁਣ ਇਹ ਫਾਰਸੀ ਕਿਹੜੀ ਸੀ, ਇਹ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਫਾਰਸੀ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਸਮਾਂ ਸੀਗਾ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਫਾਰਸੀ ਦੇ ਵਿੱਚ ਵੀ, ਇਹ ਵੀ ਯਾਦ ਰੱਖਣਾ, ਪਰ ਉਹ ਕਿਹੜੇ ਰਾਗ ਦੇ ਵਿੱਚ ਆ, ਉਹ ਕਿਹੜੇ ਰਾਗ ਦੇ ਵਿੱਚ ਮਿਲਦਾ ਗਾ, ਇਹ ਪ੍ਰਸ਼ਨ ਬਹੁਤ ਜ਼ਰੂਰੀ ਆ ਤੁਹਾਡੇ ਲਈ। ਹਾਂਜੀ, ਲਿਖ ਕੇ ਰੱਖ ਸਕਦੇ ਹੋ ਰਾਗ ਅਤੇ ਲੰਗ, ਰਾਗ ਅਤੇ ਲੰਗ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਆਪਾਂ, ਗੁਰੂ ਜੀ ਨੇ ਅਰਬੀ ਫਾਰਸੀ ਦੇ ਤਦਭਵ ਸ਼ਬਦ ਕਿਹੜੇ ਕਿਹੜੇ ਵਰਤੇ। ਹਾਂ, ਪਹਿਲਾਂ ਤੁਹਾਨੂੰ ਕਮੈਂਟ ਕਰਕੇ ਇਹ ਦੱਸਣਾ ਕਿ ਤਦਭਵ ਤੋਂ ਭਾਵ ਕੀ ਆ, ਤਦਭਵ ਸ਼ਬਦ ਕਿਹੜੇ ਹੁੰਦੇ ਆ, ਪਹਿਲਾਂ ਤਾਂ ਕਮੈਂਟ ਕਰਕੇ ਇਹ ਦੱਸਣਾ। ਗੁਰੂ ਜੀ ਨੇ ਅਰਬੀ ਫਾਰਸੀ ਦੇ ਜਿਹੜੇ ਤਦਭਵ ਸ਼ਬਦ ਕਿਹੜੇ ਕਿਹੜੇ ਵਰਤੇ ਨੇ, ਦੋ ਚਾਰ ਦੱਸਾਂਗੇ ਆਪਾਂ ਇਮਤਿਹਾਨ ਦੇ ਲਈ ਬਹੁਤ ਜ਼ਰੂਰੀ ਆ। ਕਾਗਦ, ਕੌਮਾ ਲਾ ਲਿਓ ਉੱਥੇ, ਹਾਦਰਾ ਹਦੂਰ, ਦੀਵਾਲ, ਦੋਜਖ, ਦੀਵਾਨ, ਗੋਗੋਲਾ, ਇਹ ਸ਼ਬਦ ਨੇ ਜਿਹੜੇ ਤਦਭਵ ਰੂਪ ਦੇ ਵਿੱਚ ਲਏ ਨੇ ਅਰਬੀ ਫਾਰਸੀ ਦੇ ਗੁਰੂ ਨਾਨਕ ਸਾਹਿਬ ਨੇ। ਤਦਭਵ ਦੀ ਪਰਿਭਾਸ਼ਾ ਜ਼ਰੂਰ ਦੇਣਾ ਕਮੈਂਟ ਕਰਕੇ। ਗੁਰੂ ਜੀ ਨੇ ਸੰਸਕ੍ਰਿਤ, ਅਰਬੀ, ਫਾਰਸੀ, ਹੁਣ ਤਿੰਨਾਂ ਨੂੰ ਧਿਆਨ 'ਚ ਰੱਖਣਾ, ਸੰਸਕ੍ਰਿਤ, ਅਰਬੀ, ਫਾਰਸੀ ਦੇ ਤਦਭਵ ਰੂਪਾਂ ਨੂੰ ਮਿਲਾ ਕੇ ਕਿਹੜੇ ਸਮਾਸ ਵਰਤੇ ਨੇ। ਸਮਾਸ ਵਿਆਕਰਨ ਪੜ੍ਹੀ ਆ ਤਾਂ ਪਤਾ ਹੋਊਗਾ ਜੀ, ਕਿਹੜੇ ਸਮਾਸ ਵਰਤੇ ਨੇ ਤਿੰਨਾਂ ਨੂੰ ਮਿਲਾ ਕੇ। ਹੁਣ ਆਪਾਂ ਉਹਦੇ ਬਾਰੇ ਦੱਸਾਂਗੇ, ਦਾਨਾ ਬਿਨਾ ਕੌਮਾ, ਨਦਰ ਕਰਮ ਕੌਮਾ, ਕਰਨ ਕਾਰਨ, ਰਾਜ ਮਾਲ, ਜੁਗਾ ਜੁਗੰਤਰ, ਅੰਧ ਗੁਵਾਰ ਅਤੇ ਥਾਨ ਤਨੱਤਰ। ਇਸ ਤਰੀਕੇ ਨਾਲ ਹੋਰ ਵੀ ਬਹੁਤ ਗੱਲਾਂ ਨੇ ਜਿਹੜੀਆਂ ਹੋ ਸਕਦੀਆਂ ਨੇ, ਦੇਖਾਂਗੇ ਆਪਾਂ ਜਿਵੇਂ ਸਮਾਂ ਰਹੂਗਾ, ਜਿਵੇਂ ਬਣਦਾ ਆਪਣੇ ਕੋਲ। ਬਾਕੀ ਜਦੋਂ ਚੈਨਲ ਦੇ ਨਾਲ ਕੁਝ ਜਿਹੜੇ ਕਿ ETT ਵਾਲੇ ਜੁੜੇ ਹੋਏ ਆਪਣੇ ਨਾਲ ਵਿਦਿਆਰਥੀ, ਉਹਨਾਂ ਲਈ ਇੱਕ ਖਾਸ ਵੀਡੀਓ, ਇੱਕ ਖਾਸ ਨਹੀਂ ਆਪਾਂ ਮਤਲਬ ਪਾਵਾਂਗੇ, ਦੋ ਚਾਰ ਵੀਡੀਓ ਤਾਂ ਸਪੈਸ਼ਲੀ ਪਾਵਾਂਗੇ ਆਪਾਂ, ਜਿੰਨਾ ਕੁ ਹੋ ਸਕਿਆ। ਸਮੇਂ ਦੀ ਦਿੱਕਤ ਥੋੜ੍ਹਾ ਜਿਹਾ ਹੋ ਜਾਂਦੀ ਹੈ ਇੱਧਰ ਉੱਧਰ, ਅਤੇ ਜੇ ਤੁਹਾਨੂੰ ਲੱਗੇ ਕਿ ਇਸ ਤਰੀਕੇ ਨਾਲ ਕੁਝ ਵੱਖਰਾ ਥੋੜ੍ਹਾ ਜਿਹਾ ਸਿੱਖਣ ਨੂੰ ਮਿਲਿਆ ਨਾ ਚੈਨਲ ਤੋਂ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਹਾਜ਼ਰ ਵਾਜ਼ਰ ਰਹੋ, ਨਵੀਂ ਵੀਡੀਓ ਦੇ ਨਾਲ ਬਹੁਤ ਜਲਦ ਮਿਲਦੇ ਹਾਂ ਜੀ। ਰੱਬ ਰਾਖਾ।